ਕਾਨ ਨੇ ਐਸੀ ਕਹਿ ਗਈ ਕਿ ਇੱਕ ਦਾ ਹੀ ਮੈਂ ਤੁਹਾਡੀ ਘਰ ਵਾਲੀ ਨੂੰ ਭਜਾ ਕੇ ਲੈ ਜਾਣਾ ਕੱਢ ਕੇ ਲੈ ਜਾਣਾ। ਲੁਧਿਆਣਾ ਦੇ ਥਾਣਾ ਮੋਤੀ ਨਗਰ ਵਿਸ਼ਕਰਮਾ ਕਲੋਨੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੀ ਘਰ ਵਾਲੀ ਦੇ ਪ੍ਰੇਮੀ ਤੇ ਪਿਸਤੌਲ ਦੀ ਨੋਕ ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਉਸ ਨੇ ਕਿਹਾ ਰੂਬਲ ਨਾਮ ਦਾ ਵਿਅਕਤੀ ਜੋ ਕਿ ਉਸ ਦਾ ਭਰਾ ਬਣਿਆ ਹੋਇਆ ਹੈ ਉਤੇ ਉਸ ਨੇ ਯਾਰ ਮਾਰ ਕਰਦਿਆਂ ਉਸ ਦੀ ਹੀ ਘਰ ਵਾਲੀ ਤੇ ਮਾੜੀ ਅੱਖ ਰੱਖ ਲਈ ਅਤੇ ਬਿੱਤੀ ਰਾਤ ਦੋਨਾਂ ਦੇ ਨਾਜਾਇਜ਼ ਸਬੰਧਾਂ ਦੇ ਬਾਰੇ ਪਤਾ ਲੱਗਣ ਤੇ ਦੋਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜੋ ਕਿ ਬਾਅਦ ਵਿੱਚ ਝਗੜੇ ਦਾ ਕਾਰਨ ਬਣ ਗਈ। ਉਧਰ ਘਰ ਵਾਲੀ ਨੇ ਕਿਹਾ ਕਿ ਉਸ ਦੇ ਰੂਬਲ ਨਾਮ ਦੇ ਨੌਜਵਾਨ ਨਾਲ ਕਰੀਬ 2 ਸਾਲਾਂ ਤੋਂ ਸਬੰਧ ਚੱਲਦੇ ਆ ਰਹੇ ਹਨ, ਇਸ ਲਈ ਉਹ ਆਪਣੇ ਘਰ ਵਾਲੇ ਨਾਲ ਨਹੀਂ ਰਹਿਣਾ ਚਾਹੁੰਦੀ ਅਤੇ ਤਲਾਕ ਲੈਣਾ ਚਾਹੁੰਦੀ ਹੈ। ਦੂਜੇ ਪਾਸੇ ਮੋਤੀ ਨਗਰ ਦੇ ਮੁਖੀ ਵਾਰਨਜੀਤ ਸਿੰਘ ਨੇ ਦੱਸਿਆ ਕਿ ਦੋ ਧਿਰਾਂ ਦੀ ਲੜਾਈ ਦੀ ਦਰਖਾਸਤ ਸਾਡੇ ਕੋਲ ਆਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਮੇਰਾ ਮਾਮਲਾ ਹੈ ਕਿ ਮੇਰੇ ਤੇ ਹਮਲਾ ਹੋਇਆ। ਕਿਨੇ ਕੀਤਾ? ਰੂਬਲ ਆਰਤੀਆ ਨੇ। ਰੂਬਲ ਆਰਤੀਆ ਕੀ ਕਾਰਨ? ਕੀ ਕਾਰਨ ਇਹ ਹੈ ਕਿ ਇਹ ਮੇਰੀ ਘਰ ਵਾਲੀ ਗਲਤ ਨਜ਼ਰ ਰੱਖਦਾ ਸੀ, ਮੇਰੀ ਘਰ ਵਾਲੀ ਤੇ ਗਲਤ ਨਜ਼ਰ ਰੱਖਦਾ ਸੀਗਾ। ਹੁਣ ਕੀ ਤੇ ਇਨਸਾਫ ਕੀ? ਮੈਂ ਇਨਸਾਫ ਚਾਹੀਦਾ, ਇਹਨੇ ਮੇਰੇ ਘਰੇ ਆ ਕੇ ਹਮਲਾ ਕੀਤਾ ਤੇ ਇਹਨਾਂ ਦੇ ਕਾਰਵਾਈ ਹੋਈ ਜਾਵੇ। ਇਹਦੇ ਰਾਜਨੀਤਿਕ ਪਾਰਟੀਆਂ ਦੀ ਸਪੋਰਟ ਕਰਦੀ ਹੈ ਪਈ ਆ, ਅਧੀ ਸਪੋਰਟ ਕਰਦੀ ਹੈ ਪਈ ਆ ਰਾਜਨੀਤਿਕ ਪਾਰਟੀਆਂ। ਕਿਹੜੀ ਪਾਰਟੀ? ਕਾਂਗਰਸ ਪਾਰਟੀ, MLA ਸੰਜੇ ਤਲਵਾਰ। ਹਾਂਜੀ ਭਾਅ ਜੀ, ਹਮਲਾ ਕੀਤਾ, ਮੇਰਾ ਗਲਾ ਘੋਟਤਾ ਸੀਗਾ, ਰਿਵਾਲਵਰ ਤਾਂ ਨਹੀਂ ਸੀ ਮੇਰੀ ਜਿਹੜੀ ਜ਼ਬਤ ਹੋ ਗਈ ਹੈ। ਸਬ ਇੰਸਪੈਕਟਰ ਸੁਰਿੰਦਰ ਸਿੰਘ ਨੇ ਰਿਵਾਲਵਰ ਜ਼ਬਤ ਕੀਤੀ ਹੈ, ਨਾਲ 45,000 ਰੁਪਈਆ ਅਤੇ ਨਾਲ ਇੱਕ ਚਾਕੂ, ਬਟਨ ਚਾਕੂ ਅਤੇ ਨਾਲ। ਕਿੰਨੇ ਕੁ ਬੰਦੇ ਸੀ? ਬੰਦੇ ਸੀ 12-13, ਬਾਕੀ ਕੋਲ ਡਾਟਾ ਸੀਗੀ। ਕੋਈ ਇਹ CCTV ਕੈਮਰੇ 'ਚ ਵੀ ਹੈਗੀ ਹੈ ਕੋਈ ਫੁਟੇਜ? ਹਾਂਜੀ ਹਾਂਜੀ, ਗੁਰਦੁਆਰੇ ਕੈਮਰੇ 'ਤੇ ਆਈ ਹੈ, ਜਿੱਥੇ ਜਿਹੜੀ ਗੱਡੀ ਇਹਨਾਂ 'ਚ ਜਿਹੜੀ ਗੱਡੀ 'ਚ ਆਏ ਆ ਉਹ ਕੈਮਰੇ ਵਿੱਚ ਆਈ ਹੈ। ਬਾਕੀ ਮਹੱਲਾ 10-20 ਬੰਦੇ ਗਵਾਹ ਮਹੱਲੇ ਦੇ, ਜਿਹਨੇ ਦੇਖਿਆ ਬੰਦੇ ਡਾਟਾ ਲੈ ਕੇ ਆਏ ਆ। ਕਾਰਨ ਕੀ ਸੀਗਾ ਇਹ ਲੜਾਈ ਦਾ? ਕਾਰਨ ਇਹ ਸੀਗਾ ਕਿ ਇੱਕ ਅੱਧਾ ਹੀ ਮੈਂ ਤੁਹਾਡੀ ਘਰ ਵਾਲੀ ਭਜਾ ਕੇ ਲੈ ਜਾਣਾ, ਕੱਢ ਕੇ ਲੈ ਜਾਣਾ। ਕਿੰਨੇ ਗਏ ਨਿਕਲ? ਇਹ ਰੂਬਲ ਆਰਤੀਆ ਤੇ। ਉਹ ਤੁਹਾਡੇ ਸੰਬੰਧ 'ਚ ਕਿੱਦਾਂ ਆਇਆ? ਉਹ ਸਾਡੇ, ਉਹ ਮੇਰੀ ਘਰ ਵਾਲੀ ਦਾ ਭਰਾ ਬਣਿਆ ਹੋਇਆ ਸੀਗਾ। ਹੁਣ ਮੈਨੂੰ ਨਹੀਂ ਪਤਾ ਕਿ ਇਹ ਕੀ ਗੱਲਬਾਤ ਸੀ ਇਹਨਾਂ ਦੀ, ਮੈਨੂੰ ਤਾਂ ਉਹ ਮਾਣ ਦੇ ਇਰਾਦੇ ਨਾਲ ਆਇਆ ਸੀਗਾ। ਕਿੰਨੇ ਸਮੇਂ ਤੋਂ ਭਰਾ ਬਣਿਆ ਸੀ ਉਹ? ਇਹ ਹੋ ਗਿਆ ਕੋਈ ਤਕਰੀਬਨ 1.5 ਸਾਲ ਤੋਂ। 1.5 ਸਾਲ ਤੋਂ? ਤੇ ਉਹ ਤੁਹਾਡੇ ਘਰੇ ਆਉਣਾ ਜਾਣਾ ਸੀ? ਉਹ ਆਣਾ ਜਾਣਾ ਸੀ ਘਰੇ, ਮਹੀਨੇ 'ਚ 1-3-4 ਵਾਰੀ ਆਉਂਦਾ ਸੀ ਬਸ ਮੈਨੂੰ, ਜਾਂ ਫਿਰ ਮਹੀਨੇ ਬਾਅਦ ਆਉਂਦਾ ਸੀਗਾ, ਕਿਉਂਕਿ ਉਹਦੇ 'ਤੇ ਪਹਿਲੇ ਵੀ ਕਈ ਪਰਚੇ ਚੱਲਦੇ ਪਏ ਆ। ਕੀ ਮਾਮਲਾ ਕਿੱਥੇ ਦਰਜ ਕਰਾਇਆ ਤੁਸੀਂ? ਮਾਮਲਾ ਹੈ ਮੋਤੀ ਨਗਰ ਥਾਣੇ 'ਤੇ ਦਰਜ ਕਰਾਇਆ ਜੀ। ਮੇਰਾ ਮੈਂ ਮਕਰਨ। ਨਹੀਂ, ਮੇਰਾ ਭਰਾ ਨਹੀਂ ਹੈਗਾ। ਹਾਂਜੀ। ਕਿੰਨੇ ਟਾਈਮ ਤੋਂ ਹੈਗੇ? 2 ਸਾਲ ਤੋਂ। 2 ਸਾਲ ਤੋਂ? ਤੇ ਹੁਣ ਯਾਨੀ ਕਿ ਤੁਹਾਡੇ ਹਸਬੰਡ ਕੋਈ ਦਬਾਅ ਪਾ ਰਹੇ ਨੇ ਕੁਝ? ਨਹੀਂ, ਮੈਂ ਬਸ ਰਹਿਣਾ ਨਹੀਂ ਚਾਹੁੰਦੀ, ਮੈਨੂੰ ਡਾਈਵੋਰਸ ਚਾਹੀਦਾ ਵਾ। ਹਾਂ, ਬਸ ਉਹ ਆਪਣੇ ਆਪ ਨੂੰ ਕੁਛ, ਮਤਲਬ ਮੈਂਟਲੀ ਮੈਨੂੰ ਟੋਰਚਰ ਨਾ ਕਰਨ, ਨਾ ਆਪਣੇ ਆਪ ਨੂੰ ਕੁਛ ਕਰਨ, ਬਸ ਮੈਨੂੰ ਇਹ ਚਾਹੀਦਾ ਵਾ। ਨਹੀਂ, ਸੱਚੇ ਆ, ਸੱਚੇ ਆ। ਆਪਸ ਲੜਾਈ ਹੋਈ ਹੈ। ਮੈਨੂੰ ਨਹੀਂ ਪਤਾ ਹੈ ਕੀ ਮਾਰਿਆ। ਕੰਪਲੇਂਟ ਆਈ ਸੀ ਰਾਤੀ ਹਰਪ੍ਰੀਤ ਸਿੰਘ ਵੱਲੋਂ ਗੁਰਪ੍ਰੀਤ ਸਿੰਘ ਦੇ ਖਿਲਾਫ। ਇਹ ਪਹਿਲਾਂ ਆਪਸ ਦੋਸਤ ਆ ਇਹਨਾਂ ਦਾ, ਆਪਸ 'ਚ ਆਉਣਾ ਜਾਣਾ, ਰਾਤੀ ਇਹਨਾਂ ਦੀ ਆਪਸ 'ਚ ਉਹਦੇ ਘਰ ਹਰਪ੍ਰੀਤ ਸਿੰਘ ਦੇ ਘਰ ਲੜਾਈ ਹੋ ਗਈ ਆ, ਤਾਂ ਇਹਨੇ ਕੰਪਲੇਂਟ ਲਿਖਾਈ ਆ। ਦੇਖਦੇ ਹਾਂ, ਹਾਲੇ ਵੈਰੀਫਾਈ ਕਰ ਰਹੇ ਹਾਂ ਕੀ ਗੱਲਬਾਤ ਹੈ ਕੀ ਨਹੀਂ ਆ, ਜੋ ਵੀ ਪਤਾ ਲੱਗਦਾ ਉਸ ਤੋਂ ਬਾਅਦ ਜੋ ਕਾਰਵਾਈ ਬਣਦੀ ਉਹ ਕਰਾਂਗੇ। ਹਾਲੇ ਵੈਰੀਫਾਈ ਕਰ ਰਹੇ ਹਾਂ, ਜੋ ਵੀ ਦੇਖਦੇ ਹਾਂ ਜੇ ਪਤਾ ਲੱਗ, ਜੋ ਵੀ ਦੇਖਾਂਗੇ ਹਾਲੇ। ਉਹਨਾਂ ਦਾ ਪਹਿਲਾਂ ਵੀ ਆਪਸ 'ਚ ਆਉਣਾ ਜਾਣਾ, ਦੋਸਤ ਯਾਰ ਆਪਸ 'ਚ, ਹੁਣ ਪਤਾ ਨਹੀਂ ਕਿਸ ਗੱਲ ਤੋਂ ਲੜਾਈ ਹੋਈ ਹੈ, ਇਹਦੇ ਬਾਰੇ ਹਾਲੇ ਇਨਵੈਸਟੀਗੇਸ਼ਨ ਕਰਾਂਗੇ, ਦੇਖ ਕੇ ਫਿਰ ਉਸ ਤੋਂ ਬਾਅਦ ਦੱਸਾਂਗੇ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। ਸੱਤ ਇਲਮਾਂ ਦੇ ਮਾਹਿਰ ਪੰਡਿਤ ਹੇਮਰਾਜ ਸ਼ਾਸਤਰੀ ਜੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਹੀ ਨਾ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। ਪੰਡਿਤ ਹੇਮਰਾਜ ਸ਼ਾਸਤਰੀ ਜੀ, ਮੋਬਾਈਲ ਨੰਬਰ 8968886935289685987।